ਥੱਪੜ ਦਾ ਜਵਾਬ ਮੈਂ ਥੱਪੜ ਨਾਲ ਹੀ ਲਊਂਗਾ। ਅੱਜ ਤਾਂ ਇੱਕ ਥੱਪੜ ਪਿਆ, ਕੱਲ ਨੂੰ ਤੇਰੇ ਅਣਗਿਣਤ ਪੈਣਗੇ। ਜੇ ਚੱਲ ਠੀਕ ਆ, ਤੂੰ ਸੁਣਨਾ ਚਾਹੁੰਦੀ ਆ ਨਾ ਮੈਂ ਕੀ ਕਰਦੀ ਆ? ਹਾਂ ਦੱਸ ਦੀਦੀ। ਹਾਂ ਕਰਦੀਆਂ, ਤੁਹਾਡੇ ਲਈ ਕਰਦੀਆਂ। ਮੈਂ ਕਿਹੜਾ ਕਿਸੇ ਲਈ ਕਰਦੀਆਂ, ਤੁਹਾਡੇ ਮੂੰਹ ਨੂੰ ਦੇਖ ਕੇ ਕਰਦੀਆਂ। ਬਾਪੂ ਜਿਹੜਾ ਅੰਦਰ ਬਿਮਾਰ ਪਿਆ ਉਹਦੇ ਮੈਂ ਨਹੀਂ ਦੇਖ ਪਹਿਲਾਂ, ਤੇ ਮੈਂ ਜਾਣਦੀ ਨਹੀਂ, ਤੂੰ ਚੁੱਪ ਕਰਕੇ ਖੜਿਆ ਰਹਿ, ਠੀਕ ਆ ਨਾ? ਉਹ ਕੋਈ ਗੱਲ, ਤੂੰ ਬੈਠ ਜਾ। ਨਹੀਂ ਮੈਂ ਕੋਈ ਨਹੀਂ, ਮੈਂ ਨਾ ਨਹੀਂ ਮੈਂ ਨਾ ਮੈਂ ਬੈਠ ਤੇ ਸਹੀ ਤੂੰ ਮੈਂ ਬੈਠ ਜਾ। ਨਹੀਂ ਕੀ ਕਰਦੀ ਮੇਰੀ ਭੈਣ, ਦੱਸ। ਸੁਣਨਾ ਚਾਹੁੰਦੀ ਹਾਂ? ਹਾਂ ਦੱਸ ਦੱਸ ਕੀ ਕਰਦੀ ਹੈ ਤੇਰੀ ਭੈਣ? ਧੰਦਾ ਕਰਦੀ ਹੈ। ਚੱਲੀਏ, ਤੈਨੂੰ ਪਤਾ ਦੱਸਿਆ ਤਾਂ ਹੈਗਾ ਸੀ। ਚਲ ਠੀਕ ਆ, ਆਪਾਂ ਰੇਟ ਉੱਡਦੇ ਇੱਥੇ ਕਰ ਲੈਂਦੇ ਹਾਂ। ਕਿੰਨੇ ਪੈਸੇ ਲਾਉਂਗੇ? 20,000 ਰੁਪਇਆ। ਦੇਖ ਕੇ ਕਰ ਲਓ ਯਾਰ, 20,000 ਤਾਂ ਜ਼ਿਆਦਾ ਹੈ। ਮੈਂ ਨਾ ਆਪਣਾ ਰੇਟ ਆਪ ਫਿਕਸ ਕਰਦੀ ਹਾਂ, ਠੀਕ ਹੈ? ਜੇ ਤੁਹਾਨੂੰ ਮਨਜ਼ੂਰ ਆ ਤਾਂ ਦੱਸ ਦਿਓ, ਇਹ ਤੁਹਾਡੀ ਮਰਜ਼ੀ ਆ। ਫਿਰ ਵੀ ਦੇਖ ਕੇ ਕਰ ਲਓ, ਬਹੁਤ ਜ਼ਿਆਦਾ ਹੈ 20,000 ਤਾਂ, ਇੰਨਾ ਥੋੜ੍ਹੀ ਹੁੰਦਾ। ਇਹ ਤੋਂ ਘੱਟ ਨਹੀਂ। ਪੈਸੇ ਵੀ ਦੇ ਦਾਂਗੇ, ਚਾਰ ਗੱਲ ਹੀ ਕਰ ਲੈਂਦੇ ਪਹਿਲਾਂ ਆਪਾਂ। ਉਰੇ ਤੂੰ ਗੱਲਾਂ ਕਰਕੇ ਕੀ ਕਰਨਾ, ਜਿਹੜਾ ਕੰਮ ਕਰਨਾ ਹੈ ਨਾ ਉਹ ਕਰ, ਇੰਨਾ ਟਾਈਮ ਨਹੀਂ ਹੈਗਾ ਮੇਰੇ ਕੋਲ ਗੱਲਾਂ ਗੁੱਲਾਂ ਕਰਨ। ਜੇ ਤੈਨੂੰ ਗੱਲਾਂ ਕਰਨ ਦੇ ਪੈਸੇ ਦੇ ਦਿਆ ਕਰੀਏ ਫਿਰ। ਤੂੰ ਜਿਹੜਾ ਕੰਮ ਕਰਨਾ ਹੈ ਨਾ ਉਹ ਕਰ, ਕੋਈ ਨਹੀਂ ਗੱਲਾਂ ਗੁੱਲਾਂ ਕਰਨ ਦੇ ਪੈਸੇ ਦਿੰਦਾ ਹੈਗਾ, ਪਰ ਤੂੰ ਤਾਂ ਵਹਿਮ ਆ। ਮੈਂ ਤਾਂ ਐਵੇਂ ਕਹਿੰਦਾ ਸੀਗਾ ਜੇ ਇੱਕ ਗੱਲ ਕਹਾਂ ਮੈਂ, ਵੈਸੇ ਮੈਂ ਪੁੱਛਦਾ ਸੀ ਵੀ ਤੁਸੀਂ ਇਹ ਕੰਮ 'ਚ ਕਿਉਂ ਆਏ, ਕੀ ਵਜ੍ਹਾ ਰਹੀ? ਤੂੰ ਕੀ ਲੈਣਾ ਯਾਰ, ਜਿਹੜਾ ਕੰਮ ਨਾ ਆਉਂਦਾ ਉਹ ਕਰ, ਠੀਕ ਆ? ਫਿਰ ਵੀ ਮੈਨੂੰ ਸਟੋਰੀ ਤਾਂ ਦੱਸ ਦਿਓ ਤੁਹਾਡੀ ਕੀ ਹੈ, ਵੀ ਤੁਸੀਂ ਕਿਉਂ, ਤੁਹਾਡੀ ਤੁਸੀਂ ਇੰਨੇ ਸੋਹਣੇ ਸੁਨੱਖੇ ਹੈ, ਹੈਂ ਵੀ ਤੁਸੀਂ ਇਹ ਕੰਮ ਦੇ ਵਿੱਚ ਹੀ ਕਿਉਂ ਆਏ? ਕੋਈ ਹੋਰ ਕੰਮ ਕਰ ਲੈਣਾ ਸੀ, ਅੱਜ ਦੇ ਟਾਈਮ 'ਚ ਤਾਂ ਬਹੁਤ ਕੰਮ ਨੇਗੇ। ਕੋਈ ਕੰਮ ਨਹੀਂ, ਠੀਕ ਹੈ? ਕੋਈ ਕਿਸੇ ਦੀ ਮਜ਼ਬੂਰੀ ਕੀਤੀ ਨਹੀਂ, ਦੇਖਦਾ ਹੈਗਾ ਵਾਧੂ ਕੰਮ ਵੀ ਕਰਕੇ ਦੇਖੇ ਨੇ ਹਰੇਕ ਹੀ, ਪਤਾ ਹੀ ਹੈ ਤੈਨੂੰ, ਠੀਕ ਆ? ਇਹੋ ਜਿਹੀ ਕੀ ਮਜ਼ਬੂਰੀ ਹੋ ਗਈ ਵੀ ਤੁਹਾਨੂੰ ਆਹੀ ਕੰਮ ਯੂਜ ਕਰਨਾ ਪਿਆ? ਜੇ ਤੂੰ ਮੇਰੀ ਮਜ਼ਬੂਰੀ ਸੁਣਨ ਬਹਿ ਗਿਆ ਨਾ, ਬਸ ਤੂੰ ਵੀ ਕਹਿ ਦੇਂਗਾ ਬਸ। ਪਰ ਮੈਨੂੰ ਵੀ ਦੱਸ ਦਿਓ ਤੁਹਾਡੀ ਸਟੋਰੀ ਕੀ ਹੈ, ਕੀ ਕਰੇਗਾ ਮੇਰੀ ਸਟੋਰੀ ਸੁਣ ਕੇ? ਫਿਰ ਵੀ ਦੱਸ ਤਾਂ ਦਿਓ ਨਾ, ਜਿਹੜਾ ਕੰਮ ਉਹ ਕਰਕੇ ਆਪਦਾ ਚੱਲ ਜਾ, ਮੇਰੀ ਸਟੋਰੀ ਸੁਣਨੂੰ ਰਹਿਣ ਦੇ। ਮੈਂ ਵੀ ਦੇਖ ਲਾਂ ਵੀ ਕਿੱਦਾਂ ਦੀ ਸਟੋਰੀ ਹੈ, ਇੱਕ ਵਾਰ ਦੱਸ ਤਾਂ ਦਿਓ ਨਾ, ਕੀ ਪਤਾ ਮੈਂ ਤੁਹਾਡੀ ਹੈਲਪ ਕਰ ਸਕਾਂ। ਕੋਈ ਨਹੀਂ, ਕਿਸੇ ਦੀ ਹੈਲਪ ਕਰਦਾ ਵਾਧੂ ਦਾ ਵਹਿਮ। ਇੱਕ ਵਾਰੀ ਦੱਸ ਤਾਂ, ਸਾਰੀ ਮਜਬੂਰੀ ਦਾ ਫਾਇਦਾ ਹੀ ਚੱਕਦੇ ਨੇ, ਇੱਕ ਵਾਰੀ ਦੱਸ ਤਾਂ ਦਿਓ ਨਾ। ਲੈ ਫਿਰ ਤੂੰ ਸੁਣਨਾ ਚਾਹੁੰਦਾ ਵੀ ਕੀ ਹੋਇਆ ਮੇਰੇ ਨਾਲ, ਲੈ ਸੁਣ ਫਿਰ। ਪਿਆਰ ਪਰੇ ਕਰਿਓ, ਬਾਕੀ ਕਮਰੇ 'ਚ ਕਰਤੀ ਸਫਾਈ ਸਾਰੀ ਨੂੰ? ਹਾਂਜੀ ਸਾਰੀ ਕਿਤੇ ਕਰਤੀ। ਹਾਂ ਚੰਗੀ ਤਰ੍ਹਾਂ, ਉੱਤੇ ਚਵਾਰਾ ਵੀ ਸਾਫ ਕਰਨ ਵਾਲਾ ਸੀ। ਹਾਂਜੀ ਕੱਪੜੇ ਵੀ ਧੋਤੇ ਜਿਹੜੇ ਪਏ ਸੀ। ਹਾਂ ਬਹੁਤ ਵਧੀਆ, ਉਹ ਕੱਲ੍ਹ ਨੂੰ ਗੈਸਟ ਜੇ ਆਉਣੇ ਨੇ ਨਾ, ਫਿਰ ਸਾਰੇ ਕਮਰੇ ਦੀ ਸਫਾਈ ਕਰਾਉਣੀ ਜ਼ਰੂਰੀ ਸੀ, ਮਾਂ ਚੱਲ ਕਰਵਾ ਦਈਏ। ਠੀਕ ਹੈ ਜੀ। ਝਾੜੂ ਪੋਚਾ ਹੋ ਗਿਆ, ਹੁਣ ਮੈਂ ਜਾਵਾਂ? ਹਾਂਜੀ ਜਾਓ, ਕੋਈ ਗੱਲ ਨਹੀਂ, ਕੱਲ੍ਹ ਨੂੰ ਟਾਈਮ ਨਾਲ ਆ ਜਾਓ, ਕੋਈ ਗੱਲ ਨਹੀਂ, ਠੀਕ ਹੈ? ਠੀਕ ਹੈ ਜੀ, ਕੱਲ੍ਹ ਨੂੰ ਟਾਈਮ ਨਾਲ ਆ ਜਾਵਾਂ। ਕੋਈ ਗੱਲ ਨਹੀਂ, ਜਾ ਸਕਦੇ ਤੁਸੀਂ? ਠੀਕ ਹੈ ਜੀ, ਓਕੇ ਜੀ। ਹਾਂ ਓਏ ਆਹ ਕੌਣ ਆ ਓਏ, ਅੱਗੇ ਤਾਂ ਕਦੇ ਇਹਨਾਂ ਦੇ ਘਰੇ ਦੇਖੇ ਨਹੀਂ, ਚੱਲ ਇਹਨੂੰ ਜਾ ਕੇ ਪੁੱਛਦਾ। ਆ ਵੀ ਜੱਸਿਆ, ਕਿਵੇਂ ਆ, ਕੀ ਹਾਲ ਨੇ? ਹੋਰ ਠੀਕ ਠਾਕ? ਵਧੀਆ ਵਧੀਆ। ਬੜੇ ਦਿਨਾਂ ਬਾਅਦ ਗੇੜਾ ਮਾਰਿਆ ਅੱਜ। ਉਹ ਗੇੜਾ ਤਾਂ ਮਾਰ ਲਿਆ, ਉੱਧਰ ਬਿੰਦੇ ਬਿੰਦੇ ਕੀ ਦੇਖੀ ਆ ਨਾ ਤੂੰ? ਉਹ ਕਿਹੜੀ ਜਾਂਦੀ ਹੈ? ਉਹ ਤਾਂ ਆਪਣੇ ਕੰਮ ਵਾਲੀ ਰੱਖੀ ਹੋਈ ਹੈਗੀ ਵਿਚਾਰੀ, ਗਰੀਬ ਕਰਦੀ ਹੈ ਮਾਂ, ਚੱਲ ਊਂ ਤਾਂ ਦਾਨ ਪੁੰਨ ਲੱਗਦਾ ਸੀ ਤੈਨੂੰ ਪਤਾ, ਮਾਂ ਚੱਲ ਕੰਮ ਕਰਦੀ ਆਪਣੇ। ਤੂੰ ਤਾਂ ਭੋਲਾ ਜਾਵੀਂ, ਕੀ ਗੱਲ, ਤੈਨੂੰ ਕੁਛ ਨਹੀਂ ਹੁੰਦਾ। ਕੀ ਗੱਲ ਹੋ ਗਈ, ਮੈਂ ਤੇਰੀ ਗੱਲ ਸਮਝਿਆ ਨਹੀਂ, ਕੀ ਕਹਿਣਾ, ਕੀ ਕਹਿਣਾ ਚਾਹੁੰਦਾ ਤੂੰ? ਪਹਿਲਾਂ ਹੀ ਦੱਸ, ਘਰੇ ਤਾਂ ਨਹੀਂ ਕੋਈ ਹੈਗਾ?
ਘਰੇ ਤਾਂ ਕੋਈ ਹੈ ਨਹੀਂ, ਪਰਸੋਂ ਗੈਸਟ ਆਉਣੇ ਨੇ, ਇਸ ਕਰਕੇ ਸਾਰੇ ਕਮਰੇ ਦੀ ਸਫਾਈ ਸਫੂਈ ਕਰਵਾਈ ਤੇ ਆਪਾਂ ਨੇ ਤੂੰ ਮੇਰੀ ਗੱਲ ਸੁਣ, ਘਰੇ ਕੋਈ ਹੈ ਨਹੀਂਗਾ, ਕੱਲੀਏ ਆਈ ਤੇ। ਅੱਛਾ ਤੇ ਇੱਥੋਂ ਜਮੀ ਨਹੀਂ ਕੁਛ ਸਰਿਆ? ਜਮੀ ਕੁਝ ਨਹੀਂ ਸਰਿਆ, ਮੈਂ ਗੱਲ ਸਮਝਿਆ ਨਹੀਂ ਤੇਰੀ, ਗੱਲ ਪੁਆਇੰਟ ਤੇ ਆ, ਤੂੰ ਗੱਲ ਕੀ ਕਹਿਣਾ ਚਾਹੁੰਦਾ? ਉਹ ਤੂੰ ਸਮਝੇਗਾ ਕੀ ਜਿਹੜੀ ਗੱਲ ਤੈਨੂੰ ਮੈਂ ਸਮਝਾਉਣਾ ਚਾਹੁੰਦਾ ਉਹ ਤੂੰ ਸਮਝਦਾ ਨਹੀਂ। ਜੈਸੇ ਗੱਲ ਦੱਸੇਗਾ ਵੀ ਕਿਉਂ ਬਜ਼ਾਰ ਤਾਂ ਇਹ ਪਈ ਨਾ ਬੁੜਿਆ ਮੈਂ ਕੋਈ ਯਾਰ, ਕੰਜੜ ਦਾ ਇੰਨੀ ਸੋਹਣੀ ਹੈਗੀ ਹੈ ਅਤੇ ਤੂੰ ਵੀ ਕਮਾ ਰਿਹਾ, ਗੱਲ ਗੁੱਲ ਕਰ ਲੈ, ਇਦੂ ਬਾਅਦ ਗੱਲ ਕਰੇਂਗੇ ਇਹਦੇ ਨਾਲ। ਬੋਲਾ ਹੋਇਆ ਆਪਣੇ ਕੰਮ ਕਰਦੀ ਅੱਜ ਕੱਲ੍ਹ, ਤੈਨੂੰ ਪਤਾ ਜਨਾਨੀ ਵੀ ਪੁੱਗਦੀ ਹੈ, ਜੇ ਐਵੇਂ ਗੱਲਬਾਤ ਕਰਤੀ ਪਿੰਡ 'ਚ ਆਪਣੀ ਇੱਜ਼ਤ ਪੂਰੀ ਯਾਰ। ਕੋਈ ਗੱਲਬਾਤ ਨਹੀਂ ਹੁੰਦੀ, ਤਾਂ ਚਾਰ ਪੈਸਿਆਂ ਦੀ ਮਾਰ ਹੈ, ਦੋ ਤਿੰਨ ਹਜ਼ਾਰ ਰੁਪਇਆ ਦੇ ਦੇ ਨਾਲ ਦੀ ਨਾਲ। ਦੋ ਤਿੰਨ ਹਜ਼ਾਰ ਨੂੰ 6 ਮਹੀਨੇ ਹੋ ਗਏ ਆਪਣੇ ਘਰੇ ਕੰਮ ਕਰਦੀ ਨੂੰ, ਮੈਨੂੰ ਤਾਂ ਇਹੀ ਕੋਈ ਗੱਲਬਾਤ ਲੱਗੀ ਨਹੀਂ, ਜੇ ਆਪਾਂ ਨੂੰ ਜਨਾਨੀ 'ਚ ਕੋਈ ਗੱਲਬਾਤ ਲੱਗੂ ਆਪਾਂ ਤਾਂ ਇਹੀ ਛੇੜਖਾ ਨਹੀਂ ਕਰਾਂਗੇ, ਐਵੇਂ ਖੌਸਲੇ ਖਾਣ ਵਾਲੇ ਕੰਮ ਥੋੜ੍ਹਾ ਕਰਨੇ ਨੇ ਆਪਾਂ ਨੇ। ਹੁਣ ਉਹ ਅਗਲੀ ਆਪ ਕਹੂਗੀ ਮੈਨੂੰ ਛੇੜ ਲੈ, ਉਹ ਮੈਂ ਤਾਂ ਦੇਖਦਾ ਰਹਿਣਾ ਕੋਈ ਕੋਈ ਇਸ਼ਾਰਾ ਤਾਂ ਕਰੇ ਮੇਰੇ, ਕਹਿੰਦੀ ਕੋਈ ਮਾੜਾ ਮੋਟਾ ਪਤੀ ਲੱਗ ਜਾਂਦਾ ਜਨਾਨੀ ਦਾ। ਚੱਲ ਤੂੰ ਆਏ ਯਾਰ, ਹਾਂ ਇਹ ਦੁਬਾਰੇ ਕੱਲ੍ਹ ਆਊਗੀ ਰਹੇਗੀ। ਹਾਂ ਆਊਗੀ ਤਾਂ ਗੱਲ ਸਹੀ ਆ, ਵੈਸੇ ਵੀ ਜਿਵੇਂ ਮੈਂ ਕਹੂੰਗਾ ਮੈਂ ਕਰੇਗਾ, ਇਹ ਤਾਂ ਮੇਲਦੀ ਫਿਰੂਗੀ ਅੱਗੇ ਅੱਗੇ, ਕਿਉਂ ਕੋਈ ਮੰਤਰ ਮੁੰਤਰ ਪੜ੍ਹ ਕੇ ਲਿਆਏਗੇ ਇਸ ਤੋਂ? ਮੰਤਰ ਤਾਂ ਤੂੰ ਛੱਡ, ਚੱਲ ਮੈਂ ਕੱਲ੍ਹ ਨੂੰ ਕੰਮ ਮਾਰੂੰਗਾ ਕਿਹੜਾ, ਤੂੰ ਮਾੜਾ ਧਿਆਨ ਰੱਖੀ। ਜੈਸੇ ਮੈਂ ਰਿਸਕ ਤਾਂ ਲੈ ਲੈਣਾ ਕੋਈ ਗੱਲ ਨਹੀਂ, ਠੀਕ ਹੈ ਨਾ, ਪਰ ਕੋਈ ਤੈਨੂੰ ਪਤਾ ਲਾਂਬੇ ਵਾਲਾ ਕੰਮ ਨਾ ਹੋਵੇ। ਕੋਈ ਰਿਸਕ ਨਹੀਂ ਹੁੰਦਾ ਯਾਰ, ਕੋਈ ਲਾਂਬਾ ਲੂੰਬਾ ਨਹੀਂ ਹੁੰਦਾ, ਭੈਣ ਦੀ ਲਾਂਬੇ ਨੂੰ ਦੱਸ ਅੱਗੇ ਬਾਹਲੇ ਝੰਡੇ ਝੂਲਦੇ ਨੇ। ਉਹ ਐਂ ਤਾਂ ਮਨ ਤਾਂ ਮੇਰਾ ਵੀ ਮਨ ਹੋਇਆ ਸੀ ਕਿਰਾਂ, ਪਰ ਪਤਾ ਗੱਲ ਕੇ ਸੋਚਣਾ ਪੈਂਦਾ ਤੈਨੂੰ ਪਤਾ ਯਾਰ, ਮਨ ਤੱਕ ਸੋਹਣੀ ਚੀਜ਼ ਨੂੰ ਦੇਖ ਕੇ ਹਰੇਕ ਦਾ ਰੋਲ ਦਿੰਦਾ ਵੀ ਤੂੰ ਦੇਖੀ ਜਾਣਾ ਵਾਰ ਵਾਰ। ਚੱਲ ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮਿਲਦੇ ਹਾਂ ਫਿਰ ਕੱਲ੍ਹ ਨੂੰ, ਠੀਕ ਆ? ਠੀਕ ਆ, ਓਕੇ। ਪਪੂ ਪਪੂ ਆ ਪਾਣੀ ਲੈ ਲਓ, ਕਿਵੇਂ ਹੋ? ਉਹ ਤਾਂ ਬਹੁਤ ਬੁਖਾਰ ਹੋ। ਬਸ ਬਾਪੂ ਦੀਦੀ ਆਉਣ ਵਾਲੀ ਹੈ, ਤੈਨੂੰ ਦਵਾਈ ਦਵਾ ਕੇ ਲੈਣੇ ਆ, ਠੀਕ ਹੈ? ਉਹ ਤੁਸੀਂ ਠੀਕ ਹੋ? ਬਸ ਆਉਣ ਵਾਲੀ ਹੈ ਭੈਣ। ਹਾਂ ਜੀ, ਬਹੁਤ ਜ਼ਿਆਦਾ ਬੁਖਾਰ। ਟੈਨਸ਼ਨ ਨਾ ਲਓ ਪਪੂ, ਬਸ ਆਉਣ ਵਾਲੀ ਹੈ, ਪੈ ਜਾਓ ਤੁਸੀਂ ਆਰਾਮ ਕਰ ਲਓ। ਠੀਕ ਆ ਬਾਪੂ, ਮੈਂ ਦੇਖਦੀ ਹਾਂ ਭੈਣ ਕਿੱਥੇ ਜਾ ਗਈ ਹੈ। ਯਾਰ ਬਾਪੂ ਬਹੁਤ ਬਿਮਾਰ ਹੋ ਰਿਹਾ, ਦੀਦੀ ਅਜੇ ਤੱਕ ਨਹੀਂ ਆਈ, ਕੀ ਬਣੂਗਾ ਜੇ ਬਾਪੂ ਨੂੰ ਕੁਛ ਹੋ ਗਿਆ? ਅਸੀਂ ਦੋਵੇਂ ਭੈਣਾਂ ਕਿੱਧਰ ਜਾਵਾਂਗੇ? ਸਾਨੂੰ ਹੀ ਰੱਬ ਨੇ ਇੰਨੀ ਗਰੀਬੀ ਦੇਣੀ ਸੀ, ਅਜੇ ਤੱਕ ਨਹੀਂ ਆਈ ਦੀਦੀ। ਠੀਕ ਆ ਬਾਪੂ ਹੁਣ? ਬਸ ਕੁਛ ਨਹੀਂ ਜੀ, ਮੇਰੀ ਗੱਲ ਸੁਣ ਭੈਣੇ, ਜੇ ਬਾਪੂ ਨੂੰ ਕੁਛ ਹੋ ਗਿਆ ਨਾ ਆਪਣਾ ਕੀ ਬਣੂਗਾ? ਚਾਹੇ ਤੂੰ ਟੈਨਸ਼ਨ ਲੈ, ਕੁਛ ਤਾਂ ਕਰਨਾ ਹੀ ਪੈਣਾ ਫਿਰ। ਹੁਣ ਤੂੰ ਕਿੱਥੋਂ ਲੈ ਕੇ ਆਏਂਗੀ ਇੰਨੇ ਪੈਸੇ, ਕੀ ਕਰੇਂਗੀ? ਜਿਨ੍ਹਾਂ ਦੇ ਕੰਮ ਕਰਦੀ ਉਹਨਾਂ ਨੂੰ ਪੁੱਛਦੀ ਹਾਂ ਕੀ ਕਰਾਂ ਭੈਣ, ਜਲਦੀ ਜਲਦੀ। ਹੁਣ ਬਾਪੂ ਵੀ ਤਾਂ ਆਪਣੇ ਕੋਲ ਹੈ ਵੀ, ਬਾਪੂ ਮਾਂ ਤਾਂ ਆਪਣੀ ਪਹਿਲਾਂ ਹੀ ਤੁਰ ਗਈ ਸੀ। ਹਾਂ ਭੈਣੇ, ਚੱਲ ਕੋਈ ਨਾ, ਤੂੰ ਟੈਨਸ਼ਨ ਨਾ ਰਹਿ ਜਾਂਗਾ, ਮੈਂ ਕਰੂੰਗੀ ਕੁਛ, ਚੁੱਪ ਕਰ ਜਾ ਮੇਰੀ ਭੈਣ, ਕੋਈ ਨਾ ਚੁੱਪ ਕਰ ਤੂੰ, ਮੈਂ ਹੈਗੀ ਹਾਂ ਨਾ, ਕੋਈ ਗੱਲ ਬਾਪੂ ਨੂੰ ਕੁਛ ਨਾ ਹੋਵੇ, ਕੁਛ ਨਹੀਂ ਹੁੰਦਾ, ਟੈਨਸ਼ਨ ਲੈ, ਮੈਂ ਹੈਗੀ ਨਾ, ਮੈਂ ਆਪੇ ਕਰੂੰਗੀ ਕੁਛ ਨਾ ਕੁਛ। ਠੀਕ, ਚੰਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਉਹਨੇ ਮੇਰਾ ਨਾ ਬਾਪੂ ਬੜਾ ਜ਼ਿਆਦਾ ਬਿਮਾਰ ਹੋ ਰਿਹਾ ਸੀ, ਮੈਨੂੰ 3,000 ਦੀ ਲੋੜ ਸੀ, ਦੇ ਦੋਂਗੇ? 3,000 ਤਾਂ ਦੇ ਦੇਣਾ, ਕੋਈ ਗੱਲ ਨਹੀਂ, 2 ਮਿੰਟ ਰੁਕੋ ਤੁਸੀਂ।
ਮੇਰੀ ਗੱਲ ਸੁਣ, ਅੱਜ ਕਬੂਤਰੀ ਆਪ ਜਾ ਕੇ ਬਸਣਾਈਏ। ਉਹ ਤਾਂ ਮੈਂ ਤੇਰੀ ਗੱਲ ਪਹਿਲੀ ਪੁੱਛਦੀ, ਮੈਂ ਤਾਂ ਸਾਰੀਆਂ ਸਕੀਮਾਂ ਬਣਾਈ ਖਾਂਦੀ ਰਹਿੰਦੀ। ਤਾਂ ਹੀ ਮੈਂ ਤੈਨੂੰ ਕਹਿਣਾ ਮੈਂ ਲਾ ਲੂੰਗਾ ਗੇਟ। ਅੱਛਾ, ਤੂੰ ਆਪਦਾ ਕੰਮ ਜਾ ਕੱਢ ਦੀ। ਅੱਛਾ, ਰਗੜ ਦੀ ਫਿਰ ਕੁੰਡੇ 'ਚ ਚਟਣੀ ਮੰਗਾ। ਇਹਨੂੰ ਪਤਾ ਨਹੀਂ ਲੱਗਣਾ ਚਾਹੀਦਾ, ਨਾਲੇ ਯਾਰ ਕਿੰਨਾ ਕੁ ਰੌਲਾ ਪਾਊਗੀ। ਉਹ ਇਹ ਤਾਂ ਮੈਨੂੰ ਪਤਾ, ਗਰੀਬ ਨਹੀਂ ਕੌਣ ਸੁਣਦਾ ਅੱਜ ਕੱਲ੍ਹ, ਨਾਲੇ ਮਾਲ ਨਹੀਂ ਗੇਟ ਤੋਂ ਬਾਹਰ ਰੱਖੀ। ਚੱਲ ਫਿਰ ਮੈਂ ਗੇਟ ਲਗਾਉਂ। ਹਾਂ ਕੋਈ ਗੱਲ, ਠੀਕ। ਕਿੰਨੇ ਪੈਸੇ ਦੀ ਲੋੜ ਸੀ? 3000 ਰੁਪਏ ਚਾਹੀਦਾ ਸੀ। 5 ਮਿੰਟ ਖੜ ਸਕਦੇ? ਹਾਂ ਖੜੀ ਆ, ਕੋਈ ਗੱਲ ਨਹੀਂ, ਲਿਆ ਦੋ ਮੈਂ ਥੋੜਾ ਜਲਦੀ ਲਿਆ। ਮਾੜਾ ਮੋਟਾ ਤਾਤਾ ਠੰਡਾ ਵੀ ਪੀਣਾ ਆ। ਬਾਹਰ ਕਿਉਂ ਫੜੀ ਜਾਂਦੇ ਆ ਐਵੇਂ? ਉਹ ਬੈਠ ਤਾਂ ਸੀ 2 ਮਿੰਟ। ਨਹੀਂ ਨਹੀਂ ਮੈਂ ਨਹੀਂ ਪੈਣਾ, ਤੁਸੀਂ ਪੈਸੇ ਲਿਆ ਕੇ ਦੇਣੇ, ਦੋ ਨਹੀਂ ਰਹਿਣ ਦੋ, ਮੈਂ ਕੋਈ ਨਾ। ਤੇਰਾ ਹੱਕ ਆ ਸੀ, ਥੋੜਾ ਹੱਕ ਰੱਖਾਂਗੇ। ਮੈਂ ਪਹਿਲਾਂ ਕਹਦੇ, ਠੀਕ ਹੈ ਨਾ, ਮੇਰੀ ਬਾਹ ਮੂਹਰੇ ਫੜ ਲਈਏਗੀ। ਜਦ ਸੇ ਸਮਝਾਇਆ ਨੂੰ ਯਾਰ ਵੀ ਪੈਸੇ ਤਾਂ ਦਵਾਂਗੇ ਇਹਨੂੰ, ਪੈਸੇ ਦਵਾਂਗੇ ਥੋੜਾ ਠੰਡਾ। ਕੋਈ ਗੱਲ ਨਹੀਂ ਮੈਡਮ, ਤੈਨੂੰ ਮੈਂ ਜਾਣਦੀ ਨਹੀਂ, ਤੂੰ ਚੁੱਪ ਕਰਕੇ ਖੜਿਆ ਰਹਿ, ਠੀਕ ਹੈ ਨਾ? ਉਹ ਕੋਈ ਗੱਲ ਨਹੀਂ, ਤੂੰ ਬੈਠ ਜਾ। ਨਹੀਂ ਮੈਂ ਕੋਈ ਨਹੀਂ ਬੈਠਣਾ ਹੁਣ। ਨਹੀਂ ਬੈਠਣਾ ਮੈਂ। ਬੈਠ ਤੇ ਸਹੀ ਤੂੰ। ਮੈਂ ਬੈਠ ਜਾ। ਨਹੀਂ ਬੈਠਣਾ। ਬੈਠ ਜਾ। ਨਹੀਂ ਮੈਂ ਨਹੀਂ ਬੈਠਣਾ। ਆ ਚੱਕ ਆਪਦੀ ਚੁੰਨੀ ਤੇ ਆ ਚੱਕ ਪੈਸੇ ਤੇ ਤੁਰਦੀ ਲੱਗ ਇੱਥੋਂ। ਰੱਬ ਨੇ ਵੀ ਸਾਰੇ ਦੁੱਖ ਸਾਨੂੰ ਹੀ ਦੇਣੇ ਸੀ, ਜੇ ਕਿਸੇ ਕੋਲੋਂ ਹੈਲਪ ਮੰਗੇ ਤਾਂ ਅਗਲਾ ਮਜ਼ਬੂਰੀ ਦਾ ਫਾਇਦਾ ਹੀ ਚੱਕ ਲੈਂਦਾ ਗਾ। ਮੰਜੂ। ਹਾਂ ਭੈਣੇ, ਕੀ ਕਰਦੀ ਸੀ? ਕੁਛ ਨਹੀਂ, ਨਾਲੇ ਫੜ ਪੈਸੇ, ਨਾਲੇ ਆਪਣੀ ਕਾਲਜ ਦੀ ਫੀਸ ਭਰਤੀ, ਨਾਲੇ ਪਾਪਾ ਨੂੰ ਦਵਾਈ ਦੇ। ਕਿੱਥੋਂ ਲੈ ਕੇ ਆਈ ਤੂੰ ਪੈਸੇ? ਤੈਨੇ ਬਸ ਕੁਛ ਨਾ ਪੁੱਛ, ਮੈਂ ਕਿੱਥੋਂ ਮਰਜ਼ੀ ਲਿਆਈ ਹੋਊ, ਬਸ ਤੂੰ ਆਪਦਾ ਧਿਆਨ ਦੇ, ਠੀਕ ਹੈ, ਪੜ੍ਹਾਈ ਦੇ ਤੇ ਬਾਪੂ ਦੇ। ਠੀਕ ਹੈ ਦੀਦੀ, ਵਧੀਆ ਪੈਸੇ ਲਏ, ਹੁਣ ਮੇਰੀ ਕਾਲਜ ਦੀ ਫੀਸ ਵੀ ਭਰੀ ਜਾਊਗੀ, ਨਾਲੇ ਬਾਪੂ ਵੀ ਹੁਣ ਠੀਕ ਹੋ ਜਾਊਗਾ। ਚੱਲ ਕੋਈ ਨਾ, ਤੂੰ ਟੈਂਸ਼ਨ ਲੈ, ਤੂੰ ਪੜ੍ਹਾਈ ਕਰ ਜਾਂਗਾ ਧਿਆਨ ਨਾਲ। ਠੀਕ ਹੈ ਦੀਦੀ, ਚੱਲ ਠੀਕ ਹੈ, ਚੰਗਾ। ਚੱਲ ਮੇਰੀ ਭੈਣ ਦੀ ਜ਼ਿੰਦਗੀ ਤਾਂ ਸੁਧਰ ਜੂਗੀ, ਮੇਰੀ ਤਾਂ ਜਿਵੇਂ ਲੰਘਣੀ ਸੀ ਲੱਗ ਗਈ, ਉਹ ਤਾਂ ਪੜ੍ਹ ਲਿਖ ਕੇ ਕੁਛ ਬਣ ਜੂਗੀ, ਪਰ ਜੇ ਮੇਰੀ ਭੈਣ ਨੂੰ ਪਤਾ ਲੱਗ ਗਿਆ ਕੀ ਸੋਚੂਗੀ ਮੇਰੇ ਬਾਰੇ। ਚੱਲ ਕੋਈ ਨਾ, ਮੈਂ ਵੀ ਤਾਂ ਉਹਨਾਂ ਦਾ ਫਾਇਦਾ ਹੀ ਸੋਚਦੀ ਹਾਂ ਨਾ, ਜੇ ਮੈਂ ਕੁਛ ਵੀ ਕਰਦੀ ਹਾਂ ਤਾਂ ਉਹਦੇ ਵਿੱਚ ਹੀ ਫਾਇਦਾ ਗਾ। ਚੱਲ ਕੋਈ ਨਾ, ਬਾਕੀ ਜਿਵੇਂ ਰੱਬ ਨੂੰ ਮਨਜ਼ੂਰ ਆ, ਹੋਣਾ ਤਾਂ ਉਵੇਂ ਹੁੰਦਾ ਗਾ। ਮੇਰੇ ਸਾਲੀ ਦੀ ਨੇ ਸਿਖਰ ਦੁਪਹਿਰੀ ਅੱਗ ਲਾ ਰੱਖੀ ਹੈ। ਕਿੱਧਰ ਜਾਂਦੀ ਹੈ? ਹੱਥ ਛੱਡ ਮੇਰਾ। ਉਹ ਛੱਡਣ ਵਾਸਤੇ ਥੋੜੀ ਨਾ ਫੜਿਆ ਹੱਥ। ਹੱਥ ਛੱਡ ਮੇਰਾ, ਹੱਥ ਛੱਡ ਕੇ ਗੱਲ ਕਰ। ਹਾਂ ਕੀ ਪ੍ਰੋਬਲਮ ਹੈ ਤੈਨੂੰ? ਮੈਨੂੰ ਤਾਂ ਤੂੰ ਬਾਹਲੀ ਸੋਹਣੀ ਲੱਗਦੀ ਹੈ। ਮੈਨੂੰ ਨਹੀਂ ਨਾ ਲੱਗਦਾ, ਅੱਜ ਤਾਂ ਫੜ ਲੈ ਮੇਰਾ ਹੱਥ, ਅੱਜ ਤੋਂ ਬਾਅਦ ਨਾ ਫੜੀ, ਠੀਕ ਹੈ? ਇੰਨੀ ਆਕੜ? ਹਾਂ ਆਕੜ ਇੰਨੀ, ਲੱਗਦਾ ਕੱਢਣੀ ਪਊਗੀ। ਐਵੇਂ ਕਿਵੇਂ ਕੱਢੂਗੀ? ਤੂੰ ਮੈਨੂੰ ਜਾਣਦੀ ਨਹੀਂ। ਕਿਉਂ? ਮੈਨੂੰ ਪਿੰਡ 'ਚ ਬਾਜ਼ ਕਹਿੰਦੇ ਨੇ। ਜਾਣਦੇ ਮੈਂ ਤੈਨੂੰ, ਵੱਡੇ ਬਾਜ਼ ਤੇ ਜਦੋਂ ਬਾਜ਼ ਫੜਦਾ ਨਾ ਚੰਗੀ ਤਰ੍ਹਾਂ ਫੜਦਾ। ਹੱਥ ਛੱਡ ਮੇਰਾ ਬਾਜ਼, ਦੂਰ ਹੋ ਕੇ ਗੱਲ ਕਰਿਆ ਕਰਨਾ, ਠੀਕ ਹੈ ਮੇਰੇ ਨਾਲ? ਪਹਿਲਾਂ ਮੇਰੀ ਗੱਲ ਸੁਣ। ਕੀ? ਦੱਸ। ਜਿਹੜੀ ਆਪਦੀ ਭੈਣ ਦੇ ਸਿਰ ਤੇ ਤੂੰ ਬੁੱਕਦੀ ਫਿਰਦੀ ਆ ਨਾ, ਤੈਨੂੰ ਪਤਾ ਕਿੱਥੇ ਕਿੱਥੇ ਧੱਕੇ ਖਾਂਦੀ ਫਿਰਦੀ ਆ? ਕੀ ਮਤਲਬ ਹੈ ਤੇਰਾ ਬੋਲਣ ਦਾ? ਮੇਰਾ ਬੋਲਣ ਦਾ ਮਤਲਬ ਇਹ ਹੈ, ਐਡੀ ਸੱਚੀ ਸਵਿੱਤਰੀ ਨਹੀਂ ਹੈਗੀ ਤੇਰੀ ਭੈਣ ਜਿੱਡੀ ਤੂੰ ਮੰਨਦੀ ਹੈ, ਤੂੰ ਵੀ ਉਹੀ ਜੀ ਹੋਏ। ਕਵਾਸ ਬੰਦ ਕਰ, ਮੇਰੀ ਭੈਣ ਬਾਰੇ ਨਾ ਫਾਲਤੂ ਨਹੀਂ ਬੋਲਣਾ, ਠੀਕ ਹੈ? ਮੇਰੀ ਗੱਲ ਸੁਣ ਧਿਆਨ ਨਾਲ, ਉਂਗਲ ਜੀ ਨਾ ਦਿਖਾ ਮੈਨੂੰ।
ਬਕਵਾਸ ਨਾ ਕਰੀ, ਠੀਕ ਹੈ? ਮੇਰੀ ਭੈਣ ਬਾਰੇ ਫਾਲਤੂ ਨਾ ਬਕਵਾਸ। ਆਪਦੀ ਭੈਣ ਤੋਂ ਪੁੱਛ ਜਾ ਕੇ ਕੀ ਕਰਦੀ ਮੇਰੀ ਭੈਣ, ਦੱਸ। ਸੁਣਨਾ ਚਾਹੁੰਦੀ ਹਾਂ? ਹਾਂ ਦੱਸ ਦੱਸ, ਕੀ ਕਰਦੀ ਹੈ? ਤੇਰੀ ਭੈਣ ਧੰਦਾ ਕਰਦੀ ਹੈ। ਅੱਜ ਤਾਂ ਮੇਰੀ ਭੈਣ ਬਾਰੇ ਕਹਿਤਾ, ਠੀਕ ਹੈ? ਅੱਗੇ ਤੋਂ ਨਾ ਕੁਛ ਕਹਿ ਦੀ, ਨਹੀਂ ਤਾਂ ਮੂੰਹ ਤੋੜ ਦੂੰ ਤੇਰਾ। ਸੁਣੀਏ ਤੈਨੂੰ, ਤੂੰ ਥੱਪੜ ਮਾਰਿਆ ਨਾ ਮੇਰੇ, ਥੱਪੜ ਦਾ ਜਵਾਬ ਮੈਂ ਥੱਪੜ ਨਾਲ ਹੀ ਲਊਂਗਾ। ਅੱਜ ਤਾਂ ਇੱਕ ਥੱਪੜ ਪਿਆ, ਕੱਲ ਨੂੰ ਤੇਰੇ ਅਣਗਿਣਤ ਪੈਣਗੇ ਜੇ ਮੇਰੀ ਭੈਣ ਬਾਰੇ ਫਿਰ ਤੂੰ ਗਲਤ ਸ਼ਬਦ ਬੋਲੇ, ਠੀਕ ਹੈ? ਸੁਣੀਏ ਤੈਨੂੰ ਵੀ, ਉਹ ਤੇਰੀ ਭੈਣ ਗਲਤ ਸ਼ਬਦ ਬੋਲਣ ਦੇ ਲਾਇਕ ਹੀ ਹੈ। ਤੂੰ ਮੇਰੀ ਭੈਣ ਨੂੰ ਗਲਤ ਨਾ ਬੋਲ, ਠੀਕ ਹੈ? ਫਿਰ ਮੇਰਾ ਤੂੰ ਰੂਪ ਦੇਖੇਗਾ। ਇਹ ਰੂਪ ਦਿਖਾਉਣ ਵਾਲੀ ਹੈ? ਹਾਂ। ਤੂੰ ਗਲਤ ਥੱਲੇ ਕਰਕੇ ਗੱਲ ਕਰ, ਇਹ ਤਾਂ ਆਪਦੀ ਭੈਣ ਨੂੰ ਜਾ ਕੇ ਪੁੱਛ, ਜੇ ਮੈਂ ਝੂਠਾ ਹਾਂ ਤਾਂ ਮੇਰੇ ਮੂੰਹ ਤੇ ਥੁੱਕ ਦੀ। ਠੀਕ ਹੈ, ਮੈਂ ਜਾਂਦੀ ਹਾਂ, ਪੁੱਛਦੀ ਹਾਂ ਫਿਰ। ਦੀਦੀ ਇੱਧਰ ਆ, ਮੈਂ ਤੇਰੇ ਨਾਲ ਇੱਕ ਗੱਲ ਕੀ ਹੋ ਗਿਆ। ਮੈਨੂੰ ਨਾ ਲੋਕ ਤੇਰੇ ਬਾਰੇ ਬਹੁਤ ਕੁਛ ਬੋਲੀ ਜਾਂਦੇ, ਮੈਨੂੰ ਦੱਸ ਇਹ ਗੱਲ ਸਹੀ ਹੈ? ਕੀ ਕਹਿੰਦੇ ਨੇ? ਕਹਿੰਦੇ ਨੇ ਵੀ ਤੂੰ ਧੰਦਾ ਕਰਦੀ ਹੈ। ਨਹੀਂ, ਇਹ ਝੂਠ ਬੋਲ ਰਹੇ ਨੇ, ਕੌਣ ਕਹਿੰਦਾ ਗਾ? ਨਹੀਂ, ਮੈਨੂੰ ਬਹੁਤ ਜਣੇ ਨੇ ਕਹਿਤਾ ਮੈਨੂੰ ਵੀ ਤੇਰੀ ਭੈਣ ਧੰਦਾ ਕਰਦੀ ਹੈ। ਕਿਸੇ ਨੇ ਗੱਲਾਂ 'ਤੇ ਨਾ ਯਕੀਨ ਨਾ ਕਰ, ਤੈਨੂੰ ਪਤਾ ਨਾ ਲੋਕ ਤਾਂ ਆਪਣੇ ਤੂੰ ਹੀ ਲੱਗਦੇ ਨੇ। ਤੂੰ ਮੇਰੀ ਸਹੁੰ ਖਾ ਕੇ ਦੱਸ ਫਿਰ। ਇੱਥੇ ਸਹੁੰ ਖਾਣ ਵਾਲੀ ਕਿਹੜੀ ਗੱਲ ਨਹੀਂ ਕਰਦੇ ਨੇ, ਮੈਂ ਤਾਂ ਯਕੀਨ ਨਹੀਂ ਆ ਗਿਆ। ਨਾ ਨਾ, ਫਿਰ ਤੈਨੂੰ ਸਹੁੰ ਖਾਣ 'ਚ ਕੀ ਹਰਜ ਹੈ? ਤੂੰ ਮੇਰੀ ਸਹੁੰ ਖਾ ਵੀ, ਤੂੰ ਇਹ ਕੰਮ ਨਹੀਂ ਕਰਦੀ। ਨਹੀਂ ਕਰਦੀ, ਤੈਨੂੰ ਮੇਰੇ 'ਤੇ ਯਕੀਨ ਹੈਗਾ ਨਾ? ਫਿਰ ਸਹੁੰ ਖਾ ਲੈ ਦੀਦੀ। ਚੱਲ ਠੀਕ ਆ, ਤੂੰ ਸੁਣਨਾ ਚਾਹੁੰਦੀ ਆ ਨਾ ਮੈਂ ਕੀ ਕਰਦੀ ਹਾਂ? ਹਾਂ ਦੱਸ ਦੀਦੀ ਫਿਰ। ਹਾਂ ਕਰਦੀ ਹਾਂ, ਤੁਹਾਡੇ ਲਈ ਕਰਦੀ ਹਾਂ, ਮੈਂ ਕਿਹਾ ਕਿਸੇ ਲਈ ਕਰਦੀ ਹਾਂ, ਤੁਹਾਡੇ ਮੂੰਹ ਨੂੰ ਦੇਖ ਕੇ ਕਰਦੀ ਹਾਂ। ਬਾਪੂ ਜਿਹੜਾ ਅੰਦਰ ਬਿਮਾਰ ਪਿਆ ਉਹਦੇ ਵੀ ਨਹੀਂ ਦੇਖ ਪਹਿਲਾਂ ਤੂੰ। ਮੇਰਾ ਜੀ ਕਰ ਰਿਹਾ ਕੁਛ ਕਰਨ ਨੂੰ, ਤੁਹਾਡੇ ਕਰਕੇ ਕਰਦੀ, ਤੇਰੀ ਪੜ੍ਹਾਈ ਕਰਕੇ ਕਰਦੀ ਹਾਂ, ਕਿੱਥੇ ਜਾਵਾਂ ਮੈਂ? ਕਿਸੇ ਨੂੰ ਜਾ ਕੇ ਕੰਮ ਦਾ ਪੁੱਛਦੀ ਹਾਂ, ਹਰੇਕ ਇੱਜ਼ਤ ਨੂੰ ਪੈਂਦਾ, ਕੀ ਕਰਾਂ ਫਿਰ? ਦੱਸ, ਤੂੰ ਹੀ ਦੱਸ। ਫਿਰ ਦੀਦੀ ਲੋਕ ਸਹੀ ਕਹਿੰਦੇ ਸੀ? ਸਹੀ ਕਹਿੰਦੇ ਨੇ, ਲੋਕ ਖਾਣ ਨੂੰ ਦਿੰਦੇ ਨੇ, ਕੋਈ ਨਹੀਂ ਦਿੰਦਾ ਹੈਗਾ, ਸਾਰੇ ਪੈਂਦੇ ਨੇ, ਜਿਹੜੇ ਤੈਨੂੰ ਕਹਿੰਦੇ ਨੇ ਉਹ ਵੀ ਇੱਜ਼ਤ ਨੂੰ ਤੱਕਦੇ ਨੇ। ਦੀਦੀ ਮੇਰੇ ਤੇਰੀ ਇੱਜ਼ਤ ਨਾਲ ਮੇਰੀ ਵੀ ਇੱਜ਼ਤ ਤੱਕਦੇ ਨੇ। ਕੋਈ ਗੱਲ ਨਹੀਂ, ਤੂੰ ਮੇਰੀ ਭੈਣ, ਮੈਂ ਤੁਹਾਡੇ ਕਰਕੇ ਕਰੀ ਜਾਂਦੀ, ਕੋਈ ਨਾ ਤੈਨੂੰ ਕੋਈ ਕੁਛ ਨਾ, ਤੂੰ ਮੈਨੂੰ ਦੱਸ, ਠੀਕ ਆ? ਪਰ ਤੂੰ ਨਹੀਂ ਭੈਣੇ ਇਹੋ ਜਿਹਾ ਕੰਮ ਕਰਨਾ, ਠੀਕ ਆ? ਮੈਂ ਤਾਂ ਜਾਇਆ ਬਸ, ਕੋਈ ਨਾ, ਤੂੰ ਨਹੀਂ, ਠੀਕ ਹੈ? ਗਲਤ ਰਸਤੇ ਪੈਣਾ ਹੈਗਾ ਅਤੇ ਭੈਣ ਮੰਨ ਕੇ ਬਾਪੂ ਨੂੰ ਨਾ ਦੱਸੀ, ਚੰਗਾ ਜੇ ਬਾਪੂ ਨੂੰ ਪਤਾ ਲੱਗ ਗਿਆ ਨਾ ਜਾਂਦੇ ਜੀ ਮਰ ਜੂਗਾ। ਤੈਨੂੰ ਪਤਾ ਨਾ ਬਾਪੂ ਤਾਂ ਪਹਿਲਾਂ ਹੀ ਆਉਣਾ, ਵਿਚਾਰਾ ਬਿਮਾਰ ਰਹਿੰਦਾ ਗਾ। ਠੀਕ ਹੈ ਭੈਣੇ, ਨਹੀਂ ਦੱਸਦੀ। ਚੰਗਾ ਦੱਸਿਆ, ਤੈਨੂੰ ਮੇਰੀ ਸੌਣ ਲੱਗੇ, ਚੰਗਾ? ਠੀਕ ਹੈ ਭੈਣੇ, ਠੀਕ। ਯਾਰ ਦੀਦੀ ਵੀ ਕਿਹੜੇ ਕੰਮਾਂ 'ਚ, ਗਲਤ ਕੰਮਾਂ 'ਚ ਪੈ ਗਈ ਹੁਣ ਇਹ। ਦੱਸ ਹੁਣ ਇਹਨੂੰ ਇਹੀ ਕੰਮ ਕਰਨ ਨੂੰ ਮਿਲਿਆ ਸੀ, ਹੋਰ ਵੀ ਕੰਮ ਕਰ ਸਕਦੀ ਸੀ। ਬਾਪੂ ਨਾਲ ਲੱਗਦਾ ਗੱਲ ਕਰਨੀ ਪੈਣੀ ਹੈ ਮੈਨੂੰ ਇਸ ਵਾਰੀ। ਬਾਪੂ ਕੀ ਹੋ ਗਿਆ ਤੇਰੇ? ਖੜੇ ਹੋ ਪੁੱਤ, ਹੋਰ ਬਸ, ਹੋਰ ਖੜਾ ਬਾਪੂ, ਖੜੇ ਹੋ। ਹਾਏ ਪੈ ਜਾ, ਮੈਂ ਪਾਣੀ ਲੈ ਕੇ ਆਉਂਦੀ ਤੇਰੇ ਵਾਸਤੇ। ਪੁੱਤ ਪਾਣੀ ਉਹ ਲੈਂਦਾ ਸੀ। ਹਾਏ ਹਾਏ ਰੱਬਾ, ਚੱਕ ਲਾ ਰੱਬਾ, ਲੈ ਬਾਪੂ ਪਾਣੀ ਪੀ ਜਲਦੀ। ਬਸ ਪੁੱਤ, ਹਾਏ ਹਾਏ ਰੱਬਾ, ਕਿਹੜੇ ਜਨਮਾਂ ਦਾ ਪਾਪ ਲੈਣਾ ਮੈਥੋਂ। ਹੁਣ ਬਾਪੂ ਨੂੰ ਮੈਂ ਕਿਵੇਂ ਦੱਸੂ ਇਹ ਗੱਲ? ਬਾਪੂ ਨੂੰ ਦੱਸ ਹੀ ਦਿੰਦੀ ਹਾਂ ਵੀ ਦੀਦੀ ਕਿਵੇਂ ਦੇ ਕੰਮ ਕਰਨ ਲੱਗੇ। ਚੱਲ ਬਾਪੂ ਨਾਲ ਗੱਲ ਕਰਦੀ ਹਾਂ ਇਹ ਵਿਸ਼ੇ ਬਾਰੇ। ਬਾਪੂ, ਹਾਂ ਧੀ, ਮੈਂ ਤੇਰੇ ਨਾਲ ਇੱਕ ਗੱਲ ਕਰਨੀ ਆ। ਬੋਲ ਧੀ। ਭੈਣ, ਵੱਡੀ ਭੈਣ ਬਾਰੇ ਮੇਰੀ। ਕੀ ਹੋ ਗਿਆ? ਪਤਾ ਤੁਹਾਨੂੰ ਕਿਹੜੀ ਰਾਤ ਚੱਲ ਪਈ? ਕਿਹੜੀ ਰਾਤ ਚੱਲ ਪਈ ਪੁੱਤ? ਪਹਿਲਾਂ ਮੈਨੂੰ ਐਂ ਦੱਸੋ, ਤੁਸੀਂ ਜ਼ਿਆਦਾ ਸੋਚ ਨਹੀਂ ਕਰੋਗੇ? ਨਾ ਪੁੱਤ, ਤੁਹਾਡੇ ਹੁੰਦੇ ਮੈਨੂੰ ਕੀ ਸੋਚਾ।
ਤੇ ਜ਼ਿਆਦਾ ਫਿਕਰ ਨਹੀਂ ਕਰਨੀ ਬਾਪੂ ਮੈਂ ਜਿਹੜੀ ਗੱਲ ਦੱਸਣ ਲੱਗੀ ਨਾ ਥੋੜ੍ਹਾ ਧਿਆਨ ਨਾਲ ਸੁਣ ਲਈ ਜਿਹੜੀ ਮੇਰੀ ਵੱਡੀ ਭੈਣ ਹੈ ਉਹ ਨਾ ਧੰਦਾ ਕਰਨ ਲੱਗੀ ਹੈ ਪੁੱਤ ਹਾਂ ਹਾਂ ਬਾਪੂ ਧੰਦਾ ਕਰਨ ਲੱਗੀ ਇਹ ਗੱਲ ਸੱਚੀ ਆ ਹਾਂ ਬਾਪੂ ਇਹ ਗੱਲ ਸੱਚੀ ਹੈ ਮੈਨੂੰ ਤਾਂ ਜਿਉਂਦੇ ਜੀ ਮਾਰਤਾ ਪੁੱਤ ਤੁਸੀਂ ਬਾਪੂ ਮੈਂ ਤੈਨੂੰ ਆਖਿਆ ਸੀ ਨਾ ਵੀ ਟੈਨਸ਼ਨ ਨਹੀਂ ਲੈਣੀ ਇਹ ਗੱਲ ਦੀ ਬਾਪੂ ਮੈਂ ਤੈਨੂੰ ਆਖਿਆ ਸੀ ਨਾ ਮੇਰੀ ਪੱਗ ਖੇਰੂ ਖੇਰੂ ਕਰਤੀ ਬਾਪੂ ਤੂੰ ਟੈਨਸ਼ਨ ਨਹੀਂ ਲੈਣੀ ਇਹ ਗੱਲ ਦੀ ਮੈਂ ਤੈਨੂੰ ਆਖਿਆ ਸੀ ਨਾ ਬਸ ਬਾਪੂ ਟੈਨਸ਼ਨ ਨਾ ਲਓ ਤੁਸੀਂ ਮੈਂ ਮਜੋਦਾ ਮਰ ਗਿਆ ਬਾਪੂ ਚੁੱਪ ਕਰੋ ਮੈਨੂੰ ਵੀ ਸੁਣ ਕੇ ਬਹੁਤ ਦੁੱਖ ਲੱਗਿਆ ਸੀ ਮੈਂ ਵੀ ਬਹੁਤ ਫਿਰ ਮੈਂ ਥੋੜ੍ਹਾ ਤਕੜਾ ਜੀ ਕਰਕੇ ਮੈਂ ਬਾਪੂ ਨਾਲ ਇਹ ਗੱਲ ਕਰਨੀ ਪੈਣੀ ਹੈ ਕਿਉਂਕਿ ਇਹ ਗੱਲ ਬਹੁਤ ਜ਼ਰੂਰੀ ਹੈ ਪੁੱਤ ਕੋਈ ਨਾ ਮੈਨੂੰ ਆਉਣ ਦੇ ਉਹਨੂੰ ਕਰੇ ਠੀਕ ਹੈ ਬਾਪੂ ਤੁਸੀਂ ਗੱਲ ਕਰਕੇ ਦੇਖਿਓ ਹੈ ਨਾ ਵੈਸੇ ਮੈਨੂੰ ਤਾਂ ਕਹਿੰਦੇ ਸੀ ਬਾਪੂ ਨਾਲ ਗੱਲ ਨਹੀਂ ਕਰਨੀ ਪਰ ਮੈਂ ਫਿਰ ਵੀ ਗੱਲ ਕਰ ਲਈ ਬਸ ਪੁੱਤ ਬਹੁਤ ਸੁਣ ਲਿਆ ਮੈਂ ਮੇਰੇ ਅੱਖਾਂ ਦੇ ਸਾਹਮਣੇ ਨਾ ਲਿਆਈ ਉਹਨੂੰ ਠੀਕ ਹੈ ਬਾਪੂ ਤੁਸੀਂ ਰੈਸਟ ਕਰੋ ਚਲੋ ਸੌਂ ਜਾਓ ਮੇਰੇ ਮੇਰੇ ਘੜੀ ਉਹ ਮਰ ਗਈ ਤੂੰ ਆ ਗਈ ਹਾਂ ਬਾਪੂ ਆ ਗਈ ਬਾਹਰੇ ਨਿਕਲ ਜਾ ਕੀ ਹੋ ਗਿਆ ਬਾਪੂ ਬਸ ਮੈਂ ਤੇਰੇ ਮੂਹਰੇ ਹੱਥ ਜੋੜ ਦਾ ਸਾਨੂੰ ਹੱਸ ਕੇ ਰੋਟੀ ਖਾ ਲੈਣ ਬਸ ਤੇਰੇ ਕੋਲ ਧੰਦੇ ਦੀ ਸਾਨੂੰ ਨਹੀਂ ਲੋੜ ਹੈ ਬਾਪੂ ਗੱਲ ਵੀ ਕੋਈ ਹੋਈ ਹੋਣੀ ਬਸ ਪੁੱਤ ਮੈਂ ਸੁਣ ਲਿਆ ਤੇਰੇ ਬਾਰੇ ਸਾਰਾ ਕੁਝ ਕੀ ਸੁਣਿਆ ਮੈਂ ਮੂਰੇ ਹੱਥ ਜੋੜਦਾ ਬਾਪੂ ਲੋਕਾਂ ਮੰਗਣ ਨਹੀਂ ਲੱਗਿਆ ਕਰਦੇ ਲੋਕ ਨਾ ਰਾਜੀ ਨਹੀਂ ਹੈਗੇ ਆਪਣੇ ਤੇ ਪਤੀ ਆ ਪੁੱਤ ਮੈਨੂੰ ਵੀ ਕਿਹੜਾ ਰਾਜੀ ਆ ਕਿਹੜਾ ਨਾ ਮੇਰੀ ਤੁਸੀਂ ਨੇ ਪੱਗ ਰੋਲਤੀ ਮਿੱਟੀ 'ਚ ਮੈਨੂੰ ਬਾਹਰੇ ਨਿਕਲਣ ਜੋਗਾ ਨਹੀਂ ਛੱਡਿਆ ਤੁਸੀਂ ਬਾਪੂ ਮੇਰਾ ਕਿਹੜਾ ਜੀ ਕਰਦਾ ਸੀ ਰੋਲ ਨੂੰ ਤੁਸੀਂ ਮੇਰੀ ਮਜਬੂਰੀ ਨਹੀਂ ਤੁਸੀਂ ਦੇਖੇ ਮੈਂ ਵੀ ਤੁਹਾਡੇ ਵਾਸਤੇ ਕਰ ਰਹੀ ਹਾਂ ਕੀ ਕਰ ਰਹੀ ਭਾਵੇਂ ਸਾਨੂੰ ਨੂਣ ਨਾਲ ਰੋਟੀ ਖਾਣੀ ਪੈ ਜੇ ਪਰ ਇਹੋ ਜਿਹੇ ਧੰਦੇ ਦੀ ਸਾਨੂੰ ਨਹੀਂ ਲੋੜ ਸੀ ਬਸ ਤੂੰ ਭੱਗ ਜਾ ਸਾਡੇ ਕੋਲ ਮੇਰੀ ਛੋਟੀ ਭੈਣ ਦੀ ਹਾਲਤ ਨਹੀਂ ਮੇਰੇ ਤੋਂ ਦੇਖੀ ਜਾਂਦੀ ਨਾਲੇ ਤੁਹਾਡੀ ਭੈਣ ਮੈਂ ਸਾਰਾ ਦੱਸਤਾ ਬਾਪੂ ਨੂੰ ਗੱਲਬਾਤ ਤੈਨੂੰ ਮੈਂ ਕਿਹਾ ਸੀ ਨਾ ਵੀ ਬਾਪੂ ਬਿਮਾਰ ਆ ਤੂੰ ਨਾ ਦੱਸੀ ਮੈਂ ਬਾਪੂ ਤੋਂ ਨਹੀਂ ਲੁਕੋ ਰਹਿ ਸਕਦੀ ਜੀ ਮੈਂ ਸਭ ਦੱਸਤਾ ਤੇਰੇ ਦੀਦੀ ਤੇਰੇ ਚੱਕਰ ਤੈਨੂੰ ਨਾ ਜਦੋਂ ਮੈਨੂੰ ਤੇਰੇ ਬਾਰੇ ਗਲਤ ਬੋਲਦੇ ਨਾ ਤਾਂ ਮੈਨੂੰ ਬਹੁਤ ਦੁੱਖ ਹੁੰਦਾ ਤੇਰੇ ਵਜੋਂ ਨਾ ਮੈਨੂੰ ਵੀ ਗਲਤ ਤੱਕਦੇ ਆ ਬਸ ਪੁੱਤ ਤੇ ਮੈਂ ਨਾ ਬਹੁਤ ਪਰੇਸ਼ਾਨ ਹਾਂ ਜੀ ਬਾਪੂ ਤੂੰ ਐ ਨਾ ਕਰ ਦੇਖੀ ਮੈਂ ਕਿੱਥੇ ਜਾਊਂਗੀ ਹੁਣ ਮੈਨੂੰ ਕੌਣ ਰੱਖੂਗਾ ਮੈਂ ਕਿਹਦੇ ਕੋਲ ਜਾਊਂਗੀ ਪੁੱਤ ਜਦੋਂ ਕਰ ਤੂੰ ਸਮਝਾ ਬਾਪੂ ਨੂੰ ਮੈਂ ਨਹੀਂ ਸਮਝਾ ਸਕਦੀ ਇਹ ਜਿੱਤਨ ਦੇ ਨਾਲ ਮਰ ਕਿਉਂ ਨਾ ਗਿਆ ਬਾਪੂ ਐ ਨਾ ਕਹਿ ਮੈਂ ਵੀ ਤੁਹਾਡੇ ਕਰਕੇ ਫਿਰਦੀ ਆ ਨਾ ਤੂਰੀ ਮੇਰਾ ਕੌਣ ਹੋਰ ਤੁਹਾਡੇ ਬਿਨਾ ਪੁੱਤ ਮੈਂ ਵੀ ਪਹਿਲਾਂ ਸਾਰੀ ਉਮਰ ਦਿਹਾੜੀਆਂ ਕਰ ਕਰਕੇ ਰੋਟੀ ਖਵਾਈ ਬਾਪੂ ਤੂੰ ਆਪ ਹੀ ਦੇਖ ਲੈ ਆਪਣੇ ਘਰ ਦੀ ਕੀ ਹਾਲਾਤ ਨੇ ਫਿਰ ਬੰਦਾ ਕੀ ਕਰੇ ਹੋਰ ਕਿੱਥੇ ਜਾਵਾਂ ਮੈਂ ਮਰ ਜਾ ਮੈਂ ਤੁਹਾਨੂੰ ਛੱਡ ਕੇ ਦੀਦੀ ਸਾਨੂੰ ਐਵੇਂ ਦੇ ਕੰਮ ਦੀ ਲੋੜ ਨਹੀਂ ਹੈਗੀ ਅਸੀਂ ਤਾਂ ਦੋ ਲੂਣ ਮਿਰਚ ਨਾਲ ਰੋਟੀ ਲਾ ਕੇ ਖਾ ਲਾਂਗੇ ਪਰ ਨਾ ਇਹ ਨਹੀਂ ਕਵਾ ਸਕਦੇ ਵੀ ਸਾਡੀ ਭੈਣ ਮੇਰੀ ਭੈਣ ਧੰਦਾ ਕਰਦੀ ਹੋਵੇ ਪੁੱਤ ਇਹਨੂੰ ਬਾਰੇ ਕੱਢ ਮੇਰੀ ਅੱਖਾਂ ਦੇ ਸਾਹਮਣੇ ਨਾ ਲਿਆ ਸਮਝਾ ਰਹੀ ਹੈ ਮੈਂ ਬਾਪੂ ਦੀਦੀ ਮੈਂ ਕਿੱਥੇ ਜਾਊਂਗੀ ਜਾ ਦੀਦੀ ਨਹੀਂ ਮੈਂ ਕਿੱਥੇ ਜਾਊਂਗੀ ਹੁਣ ਤਾਂ ਬਹੁਤ ਮਾਰਦੇ ਨਾਲ ਜਾ ਬਸ ਜਾ ਬਸ ਜਾ ਮੈਂ ਬਾਪੂ ਨੂੰ ਮਰਦਾ ਨਹੀਂ ਦੇਖ ਸਕਦੀ ਜਾ ਮੈਂ ਤੇਰਾ ਬਾਪ ਨੂੰ ਜਾ ਮੰਜੂ ਸਮਝਾ ਬਾਪੂ ਨੂੰ ਲੱਗ ਜਾ ਦੀਦੀ ਬਾਪੂ ਟੈਨਸ਼ਨ ਲੈ ਜੂਗਾ ਬਸ ਨਿਕਲ ਜਾ ਮੇਰੇ ਘਰੋਂ ਬਾਪੂ ਐ ਨਾ ਘਰ ਮੇਰੇ ਪੈਰੀਆਂ ਹੱਥ ਲਾ ਦੇ ਬਾਪੂ ਦੇਖ ਕੇ ਬਸ ਮੈਂ ਪੈਰੀਆਂ ਹੱਥ ਲਾ ਦਾਂ ਬਸ ਸਾਨੂੰ ਦੀਦੀ ਬਾਪੂ ਨੂੰ ਕੁਝ ਹੋ ਜਾਏਗਾ ਭੱਗ ਜਾ ਤੂੰ ਜਾ ਚਲ ਬਾਪੂ ਸੁਣ ਜਾ ਭੱਗ ਜਾ ਦੀਦੀ ਬਣ ਕੇ ਜਾ ਇੱਕ ਵਾਰੀ ਸੋਚ ਲੈ ਮੇਰੀ ਭੈਣ ਮੈਂ ਤੁਹਾਡੇ ਕਰਕੇ ਫਿਰਦੀ ਸੀ
ਜਾ ਦੀਦੀ, ਸਾਨੂੰ ਨਹੀਂ ਐਵੇਂ ਦੀ ਕਮਾਈ ਦੀ ਲੋੜ ਹੈਗੀ, ਜਾ। ਅੱਛਾ, ਇਹ ਸੀ ਤੁਹਾਡੀ ਸਟੋਰੀ ਹੈ, ਇੰਨਾ ਕੁਛ ਹੋ ਗਿਆ ਯਾਰ ਤੁਹਾਡੇ ਨਾਲ? ਹਾਂ, ਇਹ ਸੀ ਮੇਰੀ ਕਹਾਣੀ, ਹੁਣ ਵੀ ਤੂੰ ਮੇਰੇ ਸਾਥ ਦੇਂਗਾ ਇੰਨਾ ਕੁਛ ਹੋਣ ਤੋਂ ਬਾਅਦ ਵੀ? ਯਾਰ ਸਾਥ ਦੇਣ ਵਾਲੇ ਤਾਂ ਦੇ ਜਾਂਦੇ ਨੇ, ਫਿਰ ਵੀ ਮੈਂ ਤੁਹਾਡੇ ਲਈ ਖੜੂੰਗਾ, ਮੈਂ ਵਿਆਹ ਕਰਵਾਊਂਗਾ ਤੁਹਾਡੇ ਨਾਲ, ਮੈਨੂੰ ਕੋਈ ਚੱਕਰ ਨਹੀਂ ਗਾ। ਆਪਾਂ ਤੁਹਾਡੇ ਘਰੇ ਚੱਲਦੇ ਹਾਂ। ਮੇਰੇ ਘਰ ਦੇ ਤਾਂ ਮੈਨੂੰ ਕੱਢ ਤਾ, ਮੈਨੂੰ ਨਹੀਂ ਲੱਗਦਾ ਮੇਰੇ ਘਰ 'ਤੇ ਮੈਨੂੰ ਵਾੜ ਲੈਣਗੇ ਹੁਣ। ਕੋਈ ਨਹੀਂ, ਮੈਂ ਬਣਾਊਂਗਾ ਉਹਨਾਂ ਨੂੰ। ਚਲੋ ਮੇਰੇ ਨਾਲ ਚਲੋ ਤੁਸੀਂ। ਹਾਂਜੀ ਬਾਈ, ਦੇਖ ਲਈ ਵੀਡੀਓ? ਆਸ ਕਰਦਾ ਕਿ ਵਧੀਆ ਲੱਗੀ ਹੋਊਗੀ ਵੀਡੀਓ। ਅਤੇ ਬਾਈ, ਇੱਦਾਂ ਦੀਆਂ ਘੈਂਟ ਘੈਂਟ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਬਈ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ, ਕਿਉਂਕਿ ਤੁਹਾਡੇ ਕਮੈਂਟ ਕਰੇ ਨਾਲ ਸਾਨੂੰ ਹੌਸਲਾ ਮਿਲਦਾ ਅੱਗੇ ਵੀਡੀਓ ਬਣਾਉਣ ਦਾ। ਅਤੇ ਬਈ ਸਾਨੂੰ ਕਮੈਂਟਾਂ ਵਿੱਚ ਦੱਸਿਆ ਕਰੋ ਕਿੱਥੇ ਕਿੱਥੇ ਗਲਤੀ ਹੁੰਦੀ ਹੈ ਅਤੇ ਕਿਹਦੀ ਐਕਟਿੰਗ ਜ਼ਿਆਦਾ ਵਧੀਆ ਲੱਗਦੀ ਹੈ, ਹੈ ਨਾ? ਅਤੇ ਉਦੋਂ ਬਾਅਦ ਦੇ ਵਿੱਚੋਂ ਆਪਾਂ ਬੋਲਣ ਲੱਗੇ ਹਾਂ ਪਹਿਲੇ 10 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਤੇ ਕਰੇ ਸੀਗੇ। ਅਤੇ ਪਹਿਲਾ ਕਮੈਂਟ ਆਇਆ ਸੀਗਾ ਬਲਜਿੰਦਰ ਸਿੰਘ, ਹਰਵਿੰਦਰ ਸਿੰਘ ਹੈਰੀ, ਕੁਲਦੀਪ ਕੌਰ ਦਿਓਲ, ਨਵਜੋਤ ਕੌਰ, ਰਾਜੂ ਸਿੰਘ, ਨਿਰਮਲ ਸਿੰਘ, ਪ੍ਰਿੰਕਾ ਸ਼ਰਮਾ, ਬੱਬਲਪ੍ਰੀਤ ਕੌਰ, ਰਾਜਵੰਤ ਭੁੱਲਰ, ਹਰਪ੍ਰੀਤ ਕੌਰ। ਇਹ ਸੀ ਪਹਿਲੇ 10 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਤੇ ਕਰੇ ਸੀਗੇ। ਅਤੇ ਵੱਧ ਤੋਂ ਵੱਧ ਜਿੰਨੇ ਤੁਸੀਂ ਕਮੈਂਟ ਕਰੋਗੇ ਨਾ ਬਈ, ਉਦੋਂ ਵੀ ਘੈਂਟ ਵੀਡੀਓ ਆਪਾਂ ਲਿਆਉਣ ਦੀ ਕੋਸ਼ਿਸ਼ ਕਰਾਂਗੇ, ਜਿੱਦਾਂ ਵੀ ਹੁਣ ਆਪਾਂ ਵੀਡੀਓ ਪਾਉਣੇ ਆ। ਅਤੇ ਹੁਣ ਤੁਹਾਡੇ ਸਹਾਰੇ ਨਾਲ ਆਪਾਂ ਨੇ ਚੱਲਣਾ, ਅਤੇ ਸਪੋਰਟ ਵੀ ਚਾਹੀਦੀ ਤੁਹਾਡੀ, ਅਤੇ ਤੁਹਾਡੇ ਕਰਕੇ ਆਪਾਂ ਘੈਂਟ ਘੈਂਟ ਵੀਡੀਓ ਲੈ ਕੇ ਆਵਾਂਗੇ। ਅਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।